ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਮੈਂ ਇਹ ਗੱਲ ਨਵਾਬ ਮਰੀਲ ਕੋਟਲਾ ਸ਼ੇਰ ਖਾਨ ਦੀ ਕਰਨ ਲੱਗਾ ਜਦੋਂ ਗੁਰੂ ਸਾਹਿਬ ਦੇ ਬੱਚਿਆਂ ਨੂੰ ਸਰਹੰਦ ਲੈ ਆਂਦਾ ਗਿਆ ਸਜ਼ਾ ਦੇਣ ਲਈ ਤਾਂ ਨਵਾਬ ਮਰੀਲ ਕੋਟਲਾ ਨੇ ਕਿਹਾ ਸੂਬੇ ਸਰਹੰਦ ਨੂੰ ਕਿ ਇਹਨਾਂ ਦੇ ਪਿਓ ਦੀ ਕਾਰਨੀ ਦੀ ਸਜ਼ਾ ਬੱਚਾ ਨੂੰ ਨਾ ਦਿੱਤੀ ਜਾਵੇ ਅਸਲਾਮ ਧਰਮ ਇਸ ਲਈ ਬਿਲਕੁਲ ਯਾਦ ਨਹੀਂ ਦਿੰਦਾ ਕਿਸੇ ਦੇ ਪਿਆਰ ਦੀ ਸਜ਼ਾ ਉਹਦੇ ਬੱਚਿਆਂ ਨੂੰ ਦਿੱਤੀ ਜਾਵੇ। ਫਿਰ ਉਸਨੇ ਔਰੰਗਜ਼ੇਬ ਨੂੰ ਦਿੱਲੀ ਚਿੱਠੀ ਲਿਖੀ ਕਿ ਸੂਬੇ ਸਰਹੰਦ ਨੂੰ ਰੋਕ ਲੋ ਐਡਾ ਵੱਡਾ ਜ਼ੁਲਮ ਨਾ ਕਰੇ। ਜੇ ਇਹਨੇ ਐਡਾ ਵੱਡਾ ਜ਼ੁਲਮ ਕਰਿਆ ਨਾ ਸੂਬੇ ਸਰਹੰਦਾ ਦਾ ਮੂੰਹ ਕਾਲਾ ਤਾਂ ਹੋਣਾ ਹੀ ਹੋਣਾ ਤੇ ਨਾਲ ਆਪਣੀ ਕੌਮ ਤੇ ਵੀ ਲੋਕੀਂ ਉਂਗਲਾਂ ਚੁੱਕਣਗੇ। ਉਸਨੇ ਇਹ ਹਾ ਦਾ ਨਾਰਾ ਉਸ ਟਾਈਮ ਮਾਰਿਆ ਸੀ ਜਿਸ ਟਾਈਮ ਕਿ ਮੁਗਲ ਹਕੂਮਤੋ ਖਿਲਾਫ ਕੋਈ ਬੋਲਦਾ ਤੱਕ ਨਹੀਂ ਸੀ ਸਾਹ ਤੱਕ ਨਹੀਂ ਸੀ ਕੱਢਦਾ ਠੀਕ ਹੈ ਜੀ ਉਸ ਸੱਚੇ ਇਨਸਾਨ ਨੂੰ ਸ਼ਰਧਾਂਜਲੀ ਆ ਜੀ ਇੱਕ ਠੀਕ ਹੈ ਜੀ ਉਹਨਾਂ ਲਈ ਪੁੱਜ ਲੈਣਾ ਲਿਖਿਆ ਜੇ ਚੰਗੀਆਂ ਲੱਗਿਆ ਤਾਂਗੇ ਸ਼ੇਅਰ ਕਰ ਦਿਓ ਜਦੋਂ ਹਕੂਮਤ ਲਾਲਾਂ ਉੱਤੇ ਜ਼ੁਲਮ ਕਮਾਉਂਦੀ ਸੀ ਲਾਲਚ ਅਤੇ ਡਰਾਬੇ ਦੇ ਕੇ ਹੀ ਇਹਨ ਮਨਾਉਂਦੀ ਸੀ ਉਸ ਵੇਲੇ ਇੱਕ ਆਸਾਂ ਵਾਲਾ ਦੀਵਾ ਵਾਲਿਆ ਤੂੰ ਸ਼ੇਰਖਾਨ ਤੈਨੂੰ ਸੱਜਦਾ ਹਾ ਦਾ ਨਾਰਾ ਮਾਰਿਆ ਤੂੰ ਖਾਨ ਸਾਹਿਬ ਤੈਨੂੰ ਸਜਦਾ ਹਾ ਦਾ ਨਾਰਾ ਮਾਰਿਆ ਤੂੰ ਕੋਈ ਹੋਇਓ ਹੁੰਦਾ ਜਿਹੜਾ ਸੱਚ ਦੀ ਹਾਮੀ ਪਰਦਾ ਏ ਅਣਖ ਜਗਮੀਰ ਜਗਾ ਕੇ ਜ਼ੁਲਮ ਦੇ ਅੱਗੇ ਖੜਦਾ ਏ ਸ਼ਾਵਾ ਤੇਰੇ ਮੌਤ ਵਾਲਾ ਜੋ ਖੋਫ ਉਤਾਰਿਆ ਤੂੰ ਸ਼ੇਰ ਖਾਨ ਤੈਨੂੰ ਸਜਦਾ ਹਾ ਦਾ ਨਾਰਾ ਮਾਰਿਆ ਤੂੰ ਖਾਨ ਸਾਹਿਬ ਤੈਨੂੰ ਸਜਦਾ ਹਾ ਦਾ ਨਾਰਾ ਮਾਰਿਆ ਤੂੰ ਤਾਈਓ ਤਾਹਾਂ ਲੋਕ ਤੇਰੀਆਂ ਸਿਫਤਾਂ ਗਾਉਂਦੇ ਨੇ ਧਰਮੀ ਲੋਕਾਂ ਦੇ ਵਿੱਚ ਤੇਰਾ ਨਾਮ ਸਲਾਉਂਦੇ ਨੇ ਸਾਡੇ ਸਿਰ ਤੇ ਐਸਾ ਨਾਂ ਦਾ ਕਰਜ਼ਾ ਚਾੜਿਆ ਤੂੰ ਸ਼ੇਰਖਾਨ ਤੈਨੂੰ ਸਜਦਾ ਹਾ ਦਾ ਨਾਰਾ ਮਾਰਿਆ ਤੂੰ ਸ਼ੇਰਖਾਨ ਤੈਨੂੰ ਸਜਦਾ ਹਾ ਦਾ ਨਾਰਾ ਮਾਰਿਆ ਤੂੰ ਸ਼ਹਿਰ ਤੇਰੇ ਤੇ ਰਹਿਮਤ ਰਹਿਣੀ ਬਾਜਾਂ ਵਾਲੇ ਦੀ ਨਾਮ ਤੇਰੇ ਤੇ ਕਿਰਪਾ ਰਹਿਣੀ ਕਲਗੀਆਂ ਵਾਲੇ ਦੀ ਤਾਈਓ ਤਾਂ ਗੁਰਜੰਟ ਨੇ ਦਿਲ ਤੋਂ ਹੈ ਸਤਕਾਰਿਆ ਤੂੰ ਸ਼ੇਰਖਾਨ ਤੈਨੂੰ ਸਜਦਾ ਹਾ ਦਾ ਨਾਰਾ ਮਾਰਿਆ ਤੂੰ ਖਾਨ ਸਾਹਿਬ ਤੈਨੂੰ ਸਜਦਾ ਹਾ ਦਾ ਨਾਰਾ ਮਾਰਿਆ ਤੂੰ ਦੰਗਾ ਲੱਗਿਆ ਤਾਂ ਅੱਗੇ ਸ਼ੇਅਰ ਕਰ ਦਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ